ਦੀ ਟੀਵੀ ਐਨਆਰਆਈ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚੇ ਹੋਏ ਆ। ਇਸ ਵੇਲੇ ਅਸੀਂ ਪਵਿੱਤਰ ਵੇਈ ਦੇ ਕੰਡੇ ਖੜੇ ਆ ਜਿਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਆ। ਤੇ ਇਹ ਜਿਹੜੀ ਵੇਈ ਆ ਜਦੋਂ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਨੇ ਕਾਰ ਸੇਵਾ ਦੇ ਰਾਹੀਂ ਇਸ ਦਾ ਜਿਹੜਾ ਮੂੰਹ ਮੁਹੱਦਰਾ ਬਦਲ ਦਿੱਤਾ ਵਾ, ਤੇ ਅੱਜ ਜਿਹੜੀਆਂ ਖੇਡਾਂ ਕਿਤੇ ਸੁਖਨਾ ਝੀਲ 'ਚ ਜਾਂ ਹੋਰ ਦੂਰ ਦੁਰਾਡੇ ਸਟੇਟਾਂ ਦੇ ਵਿੱਚ ਹੁੰਦੀਆਂ ਸੀ, ਉਹ ਪਾਣੀ ਵਾਲੀਆਂ ਜਿਹੜੀਆਂ ਖੇਡਾਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਹੁੰਦੀਆਂ ਨੇ। ਕੁਝ ਦਿਨ ਪਹਿਲਾਂ ਵੀ ਇੱਥੇ ਪੰਜਾਬ ਦੀ ਟੀਮ ਦੇ ਟਰਾਇਲ ਹੋਏ ਸੀ, ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਕਾਲਜਾਂ ਦੀਆਂ ਟੀਮਾਂ ਨੇ ਉਹਨਾਂ ਦੇ ਮੁਕਾਬਲੇ ਹੋਏ ਆ। ਅਤੇ ਇਸ ਵੇਲੇ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਸਾਡੇ ਨਾਲ ਹਾਜ਼ਰ ਨੇ, ਆਓ ਆਪਾਂ ਇਹਨਾਂ ਮੁਕਾਬਲਿਆਂ ਸੰਬੰਧੀ ਉਹਨਾਂ ਦੇ ਕੋਲੋਂ ਵੀ ਜਾਣਕਾਰੀ ਹਾਸਲ ਕਰਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ, ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਅੱਜ ਬਾਬਾ ਜੀ ਇੱਥੇ ਜਿਹੜੀਆਂ ਪਾਣੀ ਵਾਲੀਆਂ ਜਿਹਨਾਂ ਨੂੰ ਆਪਾਂ ਖੇਡਾਂ ਕਹਿ ਦਿੰਦੇ ਹਾਂ ਉਹਨਾਂ ਦੇ ਮੁਕਾਬਲੇ ਹੋਏ ਨੇ, ਅਤੇ ਇਹ ਜਿਹੜਾ ਇੱਕ ਸੈਂਟਰ ਹੱਬ ਵਜੋਂ ਵੀ ਸੁਲਤਾਨਪੁਰ ਲੋਧੀ ਦੀ ਜਿਹੜੀ ਪਵਿੱਤਰ ਵਹੀ ਆ ਇਹ ਹੁਣ ਦੇ ਵਿੱਚ ਆ ਗਈ ਆ, ਅਤੇ ਇਹਨਾਂ ਮੁਕਾਬਲਿਆਂ ਬਾਰੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਵਾਟਰ ਸਪੋਰਟਸ ਪੰਜਾਬ ਦੇ ਵਿੱਚ ਹੈ ਹੀ ਨਹੀਂ ਸੀ, ਨਾ ਵਰਗੀ ਆ, ਹਜੇ ਵੀ ਬਹੁਤ ਦੇਖਿਆ ਕਿ ਜਿਹੜੇ ਬੱਚੇ ਟਰਾਇਲ ਹੋਇਆ ਜਿਹੜੀਆਂ ਜਿਹਨਾਂ ਨੈਸ਼ਨਲ ਖੇਡਣ ਜਾਣਾ ਸੀ, ਉਹ ਸਾਰੇ ਪੰਜਾਬ ਦਾ ਜਿਹੜਾ ਵਿੱਚੋਂ 100 ਕੁ ਬੱਚਾ ਜਿਹੜਾ ਇੱਥੇ ਆਇਆ ਸੀ, ਅਤੇ ਉਹਦੇ ਵਿੱਚੋਂ ਜਿਹੜੀ ਹੈਗੀ ਆ ਪਹਿਲੀ ਵਾਰੀ ਆ ਜਿਹੜੀ ਸਕੂਲ ਦੀ ਟੀਮ ਜਿਹੜੀ ਹੈਗੀ ਆ ਉਹ ਨੈਸ਼ਨਲ ਖੇਡਣ ਜਾ ਰਹੀ ਆ। ਉਹਦੇ ਨਾਲ ਇਹ ਕਾਲਜ ਦੇ ਵੱਖ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ ਦੀਆਂ ਜਿਹੜੇ ਆਪਸ ਵਿੱਚ ਜਿਹੜੇ ਇਹਨਾਂ ਦੇ ਕਾਲਜਾਂ ਦੀ ਗੇਮ ਸੀਗੀ, ਜਿਹਦੇ ਵਿੱਚ ਹੰਸਰਾਜ ਮਹਾਵਿਦਿਆਲਿਆ ਪਹਿਲੇ ਨੰਬਰ 'ਤੇ ਆਇਆ। ਕਿਉਂਕਿ ਵਾਟਰ ਸਪੋਰਟਸ ਹੋਣ ਕਰਕੇ ਪਾਣੀ ਦੇ ਨਾਲ ਜੁੜੀਆਂ ਹੋਈਆਂ ਇਹ ਖੇਡਾਂ, ਅਤੇ ਪਾਣੀ ਭਾਵੇਂ ਪੰਜਾਬ ਦੇ ਵਿੱਚ ਬੇਅੰਤ ਰਿਹਾ ਪਾਣੀਆਂ ਦੀ ਧਰਤੀ, ਪਰ ਵਾਟਰ ਸਪੋਰਟਸ ਨੂੰ ਕਿਸੇ ਨੇ ਧਿਆਨ ਨਹੀਂ ਦਿੱਤਾ। ਸੋ ਪਿਛਲੇ ਸਮਿਆਂ ਦੇ ਵਿੱਚ ਇੱਥੇ ਯੂਨੀਵਰਸਿਟੀ ਦੇ ਜਿਹੜੇ ਡਾਇਰੈਕਟਰ ਆਏ, ਕਹਿੰਦੇ ਬਾਬਾ ਜੀ ਇੱਥੇ ਅਸੀਂ ਬੱਚਿਆਂ ਨੂੰ ਜਿਹੜਾ ਹੈ ਗੇਮਾਂ ਕਰਵਾ ਸਕਦੇ ਸੀਗੇ ਜੇ ਤੁਹਾਡੇ ਅਨੁਕੂਲ ਆ, ਤਾਂ ਅਸੀਂ ਖੁਸ਼ ਹਾਂ, ਵਧੀਆ ਗੱਲ ਆ। ਸੋ ਸ਼ੁਰੂਆਤ ਹੋਈ ਇਹਦੇ ਨਾਲ, ਚਾਈਨਾ ਨੂੰ ਜਿਹੜੀ ਟੀਮ ਗਈ ਸੀਗੀ ਡਰੈਗਨ ਬੋਰਡ ਦੀ ਤੀਸਰੇ ਨੰਬਰ 'ਤੇ ਆਈ ਸੀ, ਉਹਦੇ ਵੀ ਇੱਥੇ ਹੀ ਉਹਨਾਂ ਨੇ ਟਰਾਇਲ ਹੋਏ ਸੀ, ਇੱਥੇ ਉਹਨਾਂ ਦਾ ਕੰਪੀਟੀਸ਼ਨ ਜਿਹੜਾ ਸੀ ਜਿਹੜੇ ਕੈਂਪ ਲੱਗਾ ਸੀ। ਸੋ ਇਸੇ ਤਰ੍ਹਾਂ ਹੀ ਇਹ ਬੱਚੇ ਜਿਹੜੇ ਹੈਗੇ ਆ ਰੈਗੂਲਰ ਹੁਣ ਸਕੂਲਾਂ ਦੇ ਵੀ ਆਉਣੇ ਸ਼ੁਰੂ ਹੋਏ ਆ, ਕਾਲਜਾਂ ਦੇ ਵੀ ਦੁਬਾਰਾ ਜਿਹੜਾ ਹੈਗਾ ਕਰੋਨਾ ਤੋਂ ਮਗਰੋਂ ਇਹ ਵਾਟਰ ਸਪੋਰਟਸ ਜਿਹੜਾ ਹੈ ਉਹਦੇ ਵਾਸਤੇ ਇੱਥੇ ਬੱਚੇ ਪ੍ਰੈਕਟਿਸ ਕਰ ਰਹੇ ਆ, ਰੌਣਕਾਂ ਲੱਗੀਆਂ ਹੋਈਆਂ। ਸੋ ਬੱਚੇ ਜਿਹੜੇ ਹੈਗੇ ਵੱਖ ਵੱਖ ਸਕੂਲ ਕਾਲਜਾਂ ਤੋਂ ਆਏ ਹੋਏ ਆ, ਸੋ ਇੱਥੇ ਬੱਚੇ ਰਹਿੰਦੇ ਆ, ਕੁਛ ਇਹਨਾਂ ਨੂੰ ਰਿਹਾਇਸ਼ ਬੇਬੇ ਨਾਨਕੀ ਤੇ ਮਿਲੀ ਹੋਈ ਆ। ਸੋ ਇਹ ਇੱਧਰ ਕਾਲਜਾਂ ਦੇ ਬੱਚੇ ਵੀ ਸਾਡੇ ਨਾਲ ਇਸ ਵੇਲੇ ਹਾਜ਼ਰ ਨੇ ਜਿਨ੍ਹਾਂ ਨੇ ਇਹਨਾਂ ਜਿਹੜੀਆਂ ਵਾਟਰ ਸਪੋਰਟਸ ਨੇ ਉਹਨਾਂ ਦੇ ਵਿੱਚ ਹਿੱਸਾ ਲਿਆ, ਅਤੇ ਆਪਾਂ ਉਹਨਾਂ ਦੇ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਅਤੇ ਕਿਹੜੀ ਜਗ੍ਹਾ ਤੋਂ ਆਏ ਨੇ। ਸਤਿ ਸ਼੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ। ਕੀ ਨਾਮ ਬੇਟੇ ਤੁਹਾਡਾ? ਪ੍ਰਿਆ ਸੈਣੀ। ਕਿਹੜੇ ਕਾਲਜ ਤੋਂ ਆਏ ਜੀ? HMV ਜਲੰਧਰ ਜੀ। ਹਾਂਜੀ। ਤੇ ਤੁਸੀਂ ਪ੍ਰੈਕਟਿਸ ਉੱਥੇ ਕਿੱਥੇ ਕਰਦੇ ਹੋ ਇਹਨਾਂ ਖੇਡਾਂ? HMV ਜਲੰਧਰ ਕਾਲਜ ਦੀ ਪ੍ਰੈਕਟਿਸ ਇੱਥੇ ਸਿੱਚੇਵਾਲ ਵੇਈ ਤੇ ਹੀ ਪ੍ਰੈਕਟਿਸ ਹੁੰਦੀ ਸੀਗੀ ਸਾਡੀ। GNDU ਵੱਲੋਂ ਜਿਹੜਾ ਇੰਟਰ ਕਾਲਜ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਸੁਲਤਾਨਪੁਰ ਲੋਧੀ ਵੇਈ ਤੇ, ਜਿਹਦੇ ਵਿੱਚ HMV ਕਾਲਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਤੇ ਇੱਥੋਂ ਦਾ ਮਾਹੌਲ ਬਹੁਤ ਜ਼ਿਆਦਾ ਵਧੀਆ, ਅਤੇ ਇੰਨੀ ਵਧੀਆ ਪ੍ਰੈਕਟਿਸ ਸਾਡੀ ਹੁੰਦੀ ਆ ਵੀ ਬਾਬਾ ਜੀ ਦੀ ਕਿਰਪਾ ਨਾਲ ਹੀ ਸਭ ਕੁਛ ਹੁੰਦਾ ਵਾ। ਜਿਹੜੀਆਂ ਜੀ ਸੁਲਤਾਨਪੁਰ ਲੋਧੀ ਵੇਈ ਦੇ ਵਿੱਚ ਵਾਟਰ ਵਾਲੀਆਂ ਖੇਡਾਂ ਹੁੰਦੀਆਂ ਨੇ, ਗੇਮਾਂ ਹੁੰਦੀਆਂ ਨੇ, ਉਹਨਾਂ ਦੇ ਜਿਹੜੇ ਕੋਚ ਨੇ ਅਮਨਦੀਪ ਸਿੰਘ ਖਹਿਰਾ ਸਾਹਿਬ ਉਹ ਇਸ ਵੇਲੇ ਸਾਡੇ ਨਾਲ ਹਾਜ਼ਰ ਨੇ, ਅਤੇ ਆਪਾਂ ਉਹਨਾਂ ਕੋਲੋਂ ਸਾਰੀ ਜਾਣਕਾਰੀ ਹਾਸਲ ਕਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਖੇਡਾਂ ਨੇ, ਅਤੇ ਜਿਹੜਾ ਇਹ ਸੈਂਟਰ ਆ ਇਹ ਕਿਸ ਤਰ੍ਹਾਂ ਦਾ ਚੱਲ ਰਿਹਾ, ਕਿੱਥੋਂ ਕਿੱਥੋਂ ਬੱਚੇ ਆ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਹਿਰਾ ਸਾਹਿਬ ਜੀ, ਜੋ ਇੱਥੇ ਸੈਂਟਰ ਚੱਲ ਰਿਹਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ, ਅਤੇ ਅੱਜ ਜਿਹੜੇ ਕੰਪੀਟੀਸ਼ਨ ਹੋਏ ਉਹਦੇ ਬਾਰੇ ਵੀ ਦੱਸੋ। ਸਾਲ 2014 ਤੋਂ ਲੈ ਕੇ ਸੰਤ ਸੀਚਾ ਬਾਬਾ ਜੀ ਦੀ ਰਹਿਨਮਾਈ ਹੇਠ ਇਹ ਸੈਂਟਰ ਚੱਲ ਰਿਹਾ। ਸੋ ਇਹ 'ਚ ਵੱਖ ਵੱਖ ਤਰ੍ਹਾਂ ਦੇ ਕਈ ਸਾਲਾਂ ਦੇ ਵਿੱਚ ਆਉਣ ਵਾਲੇ ਜਿਹੜੇ ਲੰਘ ਚੁੱਕੇ ਆ ਉਹਨਾਂ ਦੇ ਵਿੱਚ ਕਈ ਸਾਲਾਂ 'ਚ ਵੱਖ ਵੱਖ ਕੰਪੀਟੀਸ਼ਨ ਹੋਏ, ਜਿਸ ਤਰ੍ਹਾਂ ਨੈਸ਼ਨਲ ਸਟੇਟ ਪੱਧਰ ਦੇ ਟੂਰਨਾਮੈਂਟ, ਫਿਰ ਨੈਸ਼ਨਲ ਚੈਂਪੀਅਨਸ਼ਿਪ ਲਈ ਜਿਹੜੇ ਟਰਾਇਲਸ ਹੁੰਦੇ ਨੇ ਉਹ। ਸੋ ਇਸ ਵਾਰੀ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਅੱਜ ਇੱਕ ਈਵੈਂਟ ਕਰਵਾਇਆ ਗਿਆ ਵਾ, ਉਹ ਹੈਗਾ ਇੰਟਰ ਕਾਲਜ ਚੈਂਪੀਅਨਸ਼ਿਪ। ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਬੰਧਿਤ ਕਾਲਜ ਨੇ ਇਸ ਗੇਮ ਦੇ ਨਾਲ, ਉਹਨਾਂ ਸਾਰਿਆਂ ਨੇ ਇੱਥੇ ਆ ਕੇ ਹਿੱਸਾ ਲਿਆ। ਸੋ ਵੱਖ ਵੱਖ ਆਪਣੇ ਅਭਿਆਸ ਕਰਕੇ ਅਤੇ ਆਣ ਕੇ ਇੱਥੇ ਪ੍ਰੈਕਟਿਸ ਕੀਤੀ ਆ, ਅਤੇ ਪ੍ਰੈਕਟਿਸ ਕਰਕੇ ਆਣ ਕੇ ਇੱਥੇ ਆਪਣੀ ਪਰਫੋਰਮੈਂਸ ਦਿੱਤੀ ਆ। ਸੋ ਇਸ ਦੇ ਵਿੱਚ ਜਿਹੜਾ ਆਪਣਾ ਵੱਖ ਵੱਖ ਪੰਜਾਬ ਦੇ ਜ਼ਿਲ੍ਹਿਆਂ ਤੋਂ ਖਿਡਾਰੀ ਜਿਹੜੇ ਆ ਕੇ ਟਰਾਇਲਸ ਵੀ ਦਿੰਦੇ ਨੇ, ਸਟੇਟ ਟੀਮ ਦੇ ਟਰਾਇਲ ਹੋ ਕੇ ਹਟੇ ਨੇ 12 ਤਰੀਕ ਨੂੰ ਇੱਥੇ।
पंजाब की टीम चुनी गई है जी नैशनल चैंपियनशिप कर्नाटका से 11वीं नैशनल सीनियर नैशनल चैंपियनशिप ड्रैगन बोट होनी है वो साढ़े सेंटर के 35 के करीब जे वाटर स्पोर्ट्स सेंटर सुल्तानपुर लोधी के 35 के करीब खिडारी जे पंजाब की टीम भी चुने गए हैं जो कर्नाटका जाके उत्थों मैडल अचीव करेंगे जी। तो खैरा साहब जी जो इतने सेंटर चल रहा किस तरह बच्चों के फिर रहन का की प्रबंध आ किस तरह सारा ये जो मैनेज किया जाता है ये देखो मैं पहला भी जिक्र किया कि ये राजसभा मैंबर संत बलबीर सिंह सीचेवाल जी की सुपरविजन हेठ ये सेंटर 2014 तो चला रहे हैं। बाबा जी वालों प्रोवाइड कराया जाता वा खाण पीन का बच्चों रिहायश का प्रोवाइड कराया जाता वा बोट्स ने इत्थे पैडल ने सो सारा फ्री ऑफ कॉस्ट करवाया जाता वा इत्थे गरीब बच्चे भी आके फ्री दे विच पार्टिसिपेट कर रहे हैं और आपदियाँ आपका अभ्यास करके अपनी कला के जोर दिखा के वक् वक् जिहड़ा वा ईवेंटां दे विच जा के मैडल अचीव कर रहे हैं। सो ये भारत का तो पंजाब का तो हैगा हैगा और भारत का एक विलखण सेंटर आ जिहदे विच बिना फीस तो जिहड़ी खिडारियों नूं तैयारी करवाई जाती। तो खैरा साहब जी आप जी ने दसा कि 2014 तो जोड़ा इतने से सेंटर शुरू किया गया उस तो पहला सेंटर कितने चलता से पंजाब कितने चलता पहला पंजाब कितने सेंटर नहीं सी सानू सुखना लेक चंडीगढ़ जाना पैंदा सी मैं भी तैयारी सुखना झील चंडीगढ़ तो ही की सी साल 2004-05 दे विच शुरू की सी सो उत्थे एक्सपेंसिव इतना आके मैडल अचीव कर रहे हैं। सो ये भारत का तो पंजाब का तो हैगा हैगा और भारत का एक विलखण सेंटर आ जिहदे विच बिना फीस तो जिहड़ी खिडारियों नूं तैयारी करवाई जाती। तो खैरा साहब जी आप जी ने दसा कि 2014 तो जोड़ा इतने से सेंटर शुरू किया गया उस तो पहला सेंटर कितने चलता से पंजाब कितने चलता पहला पंजाब कितने सेंटर नहीं सी सानू सुखना लेक चंडीगढ़ जाना पैंदा सी मैं भी तैयारी सुखना झील चंडीगढ़ तो ही की सी साल 2004-05 दे विच शुरू की सी सो उत्थे एक्सपेंसिव इतना इना सीगा कि जिहड़ा एक आम बच्चा जिहड़ा वा ओह नहीं उत्थे प्रैक्टिस कर सकदा। सो एक उत्थे सेंटर सीगा सुखना झील चंडीगढ़ ते जां फिर पौंग डैम तलवाड़ा हिमाचल दे विच जिहड़ा सेंटर है उत्थे सीगा। सो ये पहला रूलर एरिए दा पंजाब दे विच खुल्या होया सेंटर आ असीं ये चीज़ फील करते हैं कि इत्थे आम बच्चों के हाथों के गेम पहुँचाने लई बाबा जी ने वल्लों प्रयास किया गया वा सो आम गरीब बच्चों के हाथों एक महंगी गेम जिहड़ी आ उह देना एक बड़ी वड्डी विलखण गल आ। तो खैरा साहब जी ये कई बार आप देखते हैं भी एक बेड़ी के कई बार किन्ने किन्ने जो बच्चे होंगे ने तो इन दखो वक्रिया जीडिया खेडों की कैटागरी किस तरह की है जी कैकिंग कनोइंग सिंगल डबल तो फोर सिंगल प्लेयर भी होंगे डबल भी होंगे फोर भी होंगे उन्होंने वक् वक् फिर ईवेंट होंगे जी सिंगल वाली किश्ती आ जी बोट आ उस 1000 मीटर 500 मीटर 200 मीटर होंगी है इदा ही फोर के जेडे चार प्लेयर खेडते हैं टीम ईवेंट गिने जाता वो भी 200 मीटर 500 मीटर 1000 मीटर ईवेंट होंगे फिर जी टू वाली है वो सेम ईवेंट होंगे जी। एक ड्रैगन बोट जी एक एक टीम ईवेंट है जिदे एक ही टाइम पर 12 खिडारी जोड़े वो प्ले करते 12 खिडारी खेडते हैं इस विच दो खिडारी स्पेयर होंगे ने 14 खिडारी ने टोटल ये तो सो इस गेम के 2 किलोमीटर की रेस मुंडिया की होंगी है 500 मीटर की होंगी है 200 मीटर की होंगी कुड़िया के कैटेगरी 500 मीटर 200 मीटर की रेस होंगी जी। बहुत वधिया जी इत्थे बहुत वधिया जिहड़ा सेंटर चल रहा जिहड़ियां वेखो बेड़ियां भी काफ़ी इत्थे हैगियां ने नहीं है कि भी बच्चों कई बार होंदा भी बेड़ियां घट होण ते जिहड़ा इह सेंटर इत्थे वाटर स्पोर्ट्स दा चल रहा ते इहदे विचों मैं समझदा भी अपने बच्चों जिहड़ा वा वध तों वध लोगों नूं भेजना चाहीदा ते तो जिहड़ा फायदा भी उठाउणा चाहीदा क्योंकि जे कोई पंजाब दे विच अजिही चीज़ खुलदी आ ते जे उत्थे बच्चे ना आउणगे तां उहदा फिर लाभ आ पूरा नहीं मिल सकदा ते इत्थे फिर किन्ने क बच्चे जिहड़े ट्रेनिंग लै रहे जी इत्थे 100+100 तो वध खिडारी जिहड़े आ ट्रेनिंग लै रहे आ सो हुण तां एट ए टाइम तो इत्थे 100 तो प्लस बच्चे जिहड़े लड़कियां लड़के ट्रेनिंग लै रहे आ।